ਪਿਛਲੇ 20 ਸਾਲ ਤੋਂ ਲਗਾਤਾਰ ਕੌਂਸਲਰ ਰਹੇ ਕਾਂਗਰਸ ਦੇ ਉਮੀਦਵਾਰ, ਉਹਨਾਂ ਨੇ ਆਪਣੇ 20 ਸਾਲ ਦੇ ਕਾਰਜਕਾਲ ਦੇ ਵਿੱਚ ਕੁਛ ਨਹੀਂ ਕੀਤਾ। ਆਪਣੇ ਜਿਹੜਾ ਜਲੰਧਰ ਵਿਖੇ ਪ੍ਰੋਜੈਕਟ ਆਇਆ ਸੀ ਸਮਾਰਟ ਸਿਟੀ ਪ੍ਰੋਜੈਕਟ, ਉਹਦੇ ਵਿੱਚ ਕਰੋੜਾਂ ਅਰਬਾਂ ਰੁਪਏ ਦੇ ਜਿਹੜਾ ਘਪਲਾ ਹੋਇਆ, ਉਹਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਘਪਲੇ ਹੋਏ। ਜਿਹੜੀ ਪੱਛਮੀ ਸੀਟ ਦੇ ਜਿਹੜੇ 23 ਕੌਂਸਲਰ ਨੇ ਸੀਨੀਅਰ ਡਿਪਟੀ ਮੇਅਰ ਰਹਿੰਦੇ ਹੋਏ, ਉਹਨਾਂ ਨੇ ਉਹਨਾਂ ਨਾਲ ਕਿੰਨੀ ਵਾਰੀ ਮੀਟਿੰਗ ਕੀਤੀ ਪੱਛਮੀ ਦੇ ਜਿਹੜਾ ਜਲੰਧਰ ਪੱਛਮੀ ਆ ਉਹਦੇ ਵਿਕਾਸ ਵਾਸਤੇ। ਤੋਂ ਪਹਿਲਾਂ ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਲੰਧਰ ਆਏ ਹੋ, ਜਲੰਧਰ ਦੇ ਵਿੱਚ ਤੁਹਾਨੂੰ ਇਲੈਕਸ਼ਨਸ ਦਾ ਜਿਹੜਾ ਮਾਹੌਲ ਹੈ ਕਿੱਦਾਂ ਦਾ ਲੱਗ ਰਿਹਾ? ਦੇਖੋ ਜੀ, ਜਲੰਧਰ ਪੱਛਮੀ ਦੇ ਲੋਕ ਨੇ ਉਹ ਬੜਾ ਭਰੋਸਾ ਕਰਦੇ ਨੇ ਆਮ ਆਦਮੀ ਪਾਰਟੀ 'ਤੇ। ਉਹਨਾਂ ਨੇ ਚਾਹੇ ਵਿਧਾਨ ਸਭਾ ਦੀ ਗੱਲ ਹੋਵੇ 2022 ਦੀ, ਵੱਡੇ ਮਾਰਜਨ ਨਾਲ ਜਿਤਾਇਆ, ਔਰ ਲੋਕ ਸਭਾ ਦੇ ਵਿੱਚ ਉਹਨਾਂ ਨੇ ਪਿਛਲੀ ਵਾਰੀ ਵੱਡੇ ਬਹੁਮਤ ਨਾਲ ਜਿਤਾਇਆ, ਔਰ ਅੱਜ ਦੇ ਜਿਹੜੇ ਹਾਲਾਤ ਨੇ ਉਹ ਜਲੰਧਰ ਪੱਛਮੀ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨਾਲ ਨੇ, ਕਿਉਂਕਿ ਉਹਨਾਂ ਨੇ ਆ ਪਿਛਲੀ ਲੋਕ ਸਭਾ ਜਿਹੜੀ ਹੁਣ ਹੋਈ ਆ ਉਹ 'ਚ ਦੇਖਿਆ ਕਿ ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਤੰਗ ਪਰੇਸ਼ਾਨ ਕਰਕੇ ਵੋਟਾਂ ਲਈਆਂ ਗਈਆਂ ਨੇ। ਪਰ ਹੁਣ ਜਿਹੜੇ ਅੱਜ ਦੇ ਹਾਲਾਤ ਨੇ ਉਹ ਸਾਰੀ ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਹੜਾ ਜਿਤਾਉਣ ਦੀ ਗੱਲ ਕਰਦੇ ਨੇ, ਔਰ ਪਿਛਲੇ 20 ਸਾਲ ਤੋਂ ਲਗਾਤਾਰ ਕੌਂਸਲਰ ਰਹੇ ਕਾਂਗਰਸ ਦੇ ਉਮੀਦਵਾਰ, ਉਹਨਾਂ ਨੇ ਆਪਣੇ 20 ਸਾਲ ਦੇ ਕਾਰਜਕਾਲ ਦੇ ਵਿੱਚ ਕੁਛ ਨਹੀਂ ਕੀਤਾ ਆਪਣੇ ਹਲਕੇ ਲਈ, ਆਪਣੀ ਵਾਰਡ ਲਈ। ਔਰ ਮੈਂ ਕੁਛ ਸਵਾਲ ਵੀ ਤੁਹਾਡੇ ਮਾਧਿਅਮ ਜ਼ਰੀਏ ਕਰਨਾ ਚਾਹੂੰਗਾ ਕਿ ਬੀਬਾ ਜੀ ਨੇ ਆਪਣੇ ਜਿਹੜੀ ਪੱਛਮੀ ਸੀਟ ਦੇ ਜਿਹੜੇ 23 ਕੌਂਸਲਰ ਨੇ ਸੀਨੀਅਰ ਡਿਪਟੀ ਮੇਅਰ ਰਹਿੰਦੇ ਹੋਏ, ਉਹਨਾਂ ਨੇ ਉਹਨਾਂ ਨਾਲ ਕਿੰਨੀ ਵਾਰੀ ਮੀਟਿੰਗ ਕੀਤੀ ਪੱਛਮੀ ਦੇ ਜਿਹੜਾ ਜਲੰਧਰ ਪੱਛਮੀ ਆ ਉਹਦੇ ਵਿਕਾਸ ਵਾਸਤੇ? ਔਰ ਜਿਹੜਾ ਜਲੰਧਰ ਵਿਖੇ ਪ੍ਰੋਜੈਕਟ ਆਇਆ ਸੀ ਸਮਾਰਟ ਸਿਟੀ ਪ੍ਰੋਜੈਕਟ, ਉਹਦੇ ਵਿੱਚ ਕਰੋੜਾਂ ਅਰਬਾਂ ਰੁਪਏ ਦੇ ਜਿਹੜਾ ਘਪਲਾ ਹੋਇਆ, ਉਹਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਘਪਲੇ ਹੋਏ, ਉਸ ਸਮੇਂ ਦਰਮਿਆਨ ਇਹਨਾਂ ਨੇ ਉਹਨਾਂ 'ਤੇ ਕੀ ਕਾਰਵਾਈ ਕੀਤੀ? ਔਰ ਜਲੰਧਰ ਪੱਛਮੀ ਦੇ ਪੀਣ ਵਾਲੇ ਪਾਣੀ ਔਰ ਉਹਦੇ ਵਾਸਤੇ ਕਿੰਨੇ ਟਿਊਬਵੈੱਲ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਲਵਾਏ? ਔਰ ਜਿਹੜਾ ਬਰਿਆਣਾ ਡੰਪ ਹੈ ਜਿਹੜਾ ਬਣਿਆ ਹੋਇਆ ਕੂੜੇ ਕਰਕਟ ਦਾ, ਉਹ ਪਹਾੜ ਬਣੇ ਪਏ ਨੇ ਉਹਨਾਂ ਵਾਸਤੇ, ਉਸ ਕੂੜੇ ਕਰਕਟ ਦੇ ਡੰਪ ਵਾਸਤੇ ਉਹਨਾਂ ਨੇ ਕੀ ਕੀਤਾ? ਔਰ ਸੜਕਾਂ ਸੀਵਰੇਜ ਉਹਦੀ ਬੁਰੀ ਹਾਲਤ ਹੈ, ਸਾਫ਼ ਸਫਾਈ ਦੀ ਬੁਰੀ ਹਾਲਤ ਹੈ। ਔਰ 18-19 ਦੇ ਵਿੱਚ ਜਿਹੜਾ ਸਰਵੇਖਣ ਹੋਇਆ ਉਹਦੇ ਵਿੱਚ ਜਲੰਧਰ ਹੈ ਜਿਹੜਾ 100 ਨੰਬਰ ਦੇ ਵਿੱਚ ਵੀ ਨਹੀਂ ਆ ਸਕਿਆ। ਉਹਦਾ ਕਾਰਨ ਕੀ ਹੈ ਕਿ ਕੌਂਸਲਰ ਰਹਿੰਦਿਆਂ ਹੋਇਆ, ਡਿਪਟੀ ਮੇਅਰ ਰਹਿੰਦਿਆਂ ਹੋਇਆ ਕਾਂਗਰਸ ਉਮੀਦਵਾਰ ਨੇ ਆਪਣੇ ਹਲਕੇ ਵਾਸਤੇ ਕੰਮ ਨਾ ਕਰਨਾ, ਸਿਰਫ ਵੋਟਾਂ ਲਈਆਂ ਔਰ ਮੁੜ ਕੇ ਆਪਣੇ ਘਰੇ ਬਹਿ ਕੇ ਕਿਸੇ ਨੂੰ ਨਾ ਮਿਲਣਾ। ਮੈਂ ਜਲੰਧਰ ਪੱਛਮੀ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਇਨਸਾਨ ਡਿਪਟੀ ਮੇਅਰ ਹੁੰਦਿਆਂ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ, ਕਿਸੇ ਨੂੰ ਮਿਲੇ ਨਹੀਂ, ਉਹਨਾਂ ਨੂੰ ਤੁਸੀਂ ਜੇ
MLA ਬਣਾ ਕੇ ਉਹਨਾਂ ਤੋਂ ਤੁਸੀਂ ਕੀ ਇੱਛਾ ਰੱਖਦੇ ਹੋ ਕਿ ਕਿਸੇ ਨੂੰ ਮਿਲਣਗੇ ਜਾਂ ਕਿਸੇ ਦੇ ਕੰਮ ਕਾਰ ਕਰਾਉਣਗੇ? ਬਿਲਕੁਲ ਵੀ ਨਹੀਂ। ਮੈਂ ਤੁਹਾਡੇ ਮਾਧਿਅਮ ਜ਼ਰੀਏ ਜਿਹੜੇ ਜਲੰਧਰ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜੀ, ਉਹਨਾਂ ਦਾ ਨਾਂ ਹੀ ਭਗਤ ਨਹੀਂ ਹੈ ਵੀ ਸੱਚਮੁੱਚ ਦੇ ਵਿੱਚ ਭਗਤ ਨੇ, ਜਿਨ੍ਹਾਂ ਦਾ ਪਰਿਵਾਰ ਦਾ ਨਾਂ ਬੋਲਦਾ ਹੈ। ਔਰ ਲਗਾਤਾਰ ਜਿਸ ਦਿਨ ਤੋਂ ਮੈਂ ਇੱਥੇ ਆਇਆ ਹਾਂ, ਸੈਂਕੜੇ ਲੋਕ ਮਿਲੇ ਨੇ, ਹਜ਼ਾਰੇ ਲੋਕ ਮਿਲੇ ਨੇ, ਕਿਸੇ ਇੱਕ ਪਰਸਨ ਨੇ ਵੀ ਇਹ ਨਹੀਂ ਕਿਹਾ ਕਿ ਭਗਤ ਪਰਿਵਾਰ ਮਾੜਾ ਹੈ ਜਾਂ ਉਹਨਾਂ ਨੇ ਆਹ ਪੁੱਠਾ ਕੰਮ ਕੀਤਾ ਜਾਂ ਆਹ ਮਾੜਾ ਕੰਮ ਕੀਤਾ।